ਘਿਓ ਦਾ ਇੱਕ ਵੱਡਾ ਫਰਕ ਨਿਕਲ ਕੇ ਸਾਹਮਣੇ ਆ ਰਿਹਾ। ਆਪਾਂ ਦੇਖਦੇ ਹਾਂ ਕਈ ਵਾਰ ਤਾਂ 200-200 ਰੁਪਏ ਕਿਲੋ ਵੀ ਜਿਹੜੇ ਮੱਥਾ ਟੇਕਣ ਵਾਲੇ ਪੂਜ ਵਾਲੇ ਘਿਓ ਨੇ ਉਹ ਬਾਜ਼ਾਰ 'ਚ ਵੇਚਦੇ ਨੇ। ਰਹੇ ਨੇ ਜੀ ਉਹਨਾਂ ਦੇ ਮੈਂ ਕਹਿੰਦਾ ਨੱਥ ਪਾਉਣੀ ਚਾਹੀਦੀ ਹੈ ਜੀ, ਉਹ ਸਾਡੀ ਵੀ ਮਾਰਕੀਟ ਖਰਾਬ ਕਰਦੇ ਨੇ ਜੀ। ਕਈ ਵਾਰੀ ਇਹੋ ਜਿਹਾ ਦੁੱਧ ਹੁੰਦਾ ਜੀ ਜੇ ਪਾਇਆ ਹੁੰਦਾ ਫਟ ਜਾਂਦਾ, ਦੁੱਧ ਫਟ ਜਾਂਦਾ ਜੀ, ਅਸੀਂ 2-3 ਦਿਨ ਵਰਤਦੇ ਹਾਂ ਦੁੱਧ। ਕਿਸੇ ਤਰ੍ਹਾਂ ਦੀ ਦੁੱਧ ਦੇ ਵਿੱਚ, ਪਨੀਰ ਦੇ ਵਿੱਚ, ਦਹੀਂ ਵਿੱਚ, ਇਹ ਲੋਕਾਂ ਦੀ ਸਿਹਤ ਨਾਲ ਖਿਲਵਾੜ ਹੈ। ਜੇ ਕਹਿੰਦੇ ਨੇ ਵੀ ਯੂਰੀਆ ਦਾ ਪਤਾ ਕਰਨਾ ਹੈ ਤਾਂ ਯੂਰੀਆ ਉਹਨੂੰ ਦੁੱਧ ਨੂੰ ਉਬਾਲੋ, ਦੁੱਧ ਉਬਾਲ ਕੇ ਥੋੜ੍ਹਾ ਜਿਹਾ ਮੂੰਹ 'ਤੇ ਰੱਖ ਕੇ ਦੇਖੋ, ਉਹ ਮੂੰਹ 'ਤੇ ਰੱਖਿਆ ਵੀ ਜਿਹੜਾ ਕੜੱਤਣ ਆ ਉਹ 'ਚ ਤਾਂ ਉਹ ਯੂਰੀਆ ਹੈ ਅਤੇ ਉਹਦੀ ਸਮੈਲ ਵੀ ਆਊ। ਬਕਾਇਦਾ ਉਹਦਾ ਸਮੈਲ ਦਾ ਫਰਕ ਪਊਗਾ ਵੀ ਹਾਂ ਯੂਰੀਆ ਭੁਲਾ ਹੋਊਗੀ ਜੀ, ਯੂਰੀਆ ਦੀ ਸਮੈਲ ਮਾਰੂਗੀ। ਪੰਜਾਬ ਸਰਕਾਰ ਦੇ ਸਿਹਤ ਵਿਭਾਗ ਦੇ ਖੁਲਾਸਿਆਂ ਦੇ ਮੁਤਾਬਕ ਦੁੱਧ, ਦਹੀਂ, ਪਨੀਰ ਦੇ ਵਿੱਚ ਵੱਡੇ ਪੱਧਰ ਦਾ ਜਿਹੜਾ ਹੈਗਾ ਸੈਂਪਲ ਜਿਹੜੇ ਹੈਗੇ ਨੇ ਫੇਲ ਹੋਏ ਨੇ। ਕਾਫੀ ਜ਼ਿਆਦਾ ਮਿਲਾਵਟ ਦੱਸੀ ਜਾ ਰਹੀ ਆ ਕਿ ਜਿਹੜੇ 2021-22 ਦੇ ਵਿੱਚ ਸੈਂਪਲ ਲਏ ਗਏ ਸੀ ਤਾਂ ਉਹਨਾਂ ਦੇ ਵਿੱਚ ਕਾਫੀ ਜ਼ਿਆਦਾ ਜਿਹੜੀ ਹੈਗੀ ਆ ਮਿਲਾਵਟ ਉਹ ਆਈ ਆ। ਤਾਂ ਅਸੀਂ ਗਰਾਊਂਡ ਦੇ ਉੱਪਰ ਉਤਰੇ ਹਾਂ, ਪੰਜਾਬ ਦੇ ਲੋਕਾਂ ਦੇ ਲਈ ਜਾਣਕਾਰੀ ਦੇਵਾਂਗੇ ਕਿ ਜਿਹੜਾ ਦੁੱਧ ਹੈਗਾ ਤੁਹਾਡੇ ਘਰ ਦੇ ਵਿੱਚ, ਤੁਸੀਂ ਡੈਰੀ ਤੋਂ ਲੈਂਦੇ ਹੋ, ਦਹੀਂ ਲੈਂਦੇ ਹੋ, ਅਗਰ ਤੁਸੀਂ ਲੈਂਦੇ ਹੋ ਤਾਂ ਕਿਸ ਤਰੀਕੇ ਦੇ ਨਾਲ ਤੁਸੀਂ ਉਹਦੀ ਜਾਂਚ ਕਰ ਸਕਦੇ ਹੋ ਬਿਨਾਂ ਲੈਬ ਤੋਂ, ਬਿਨਾਂ ਸੈਂਪਲ ਤੋਂ। ਤਾਂ ਇਸ ਵਕਤ ਅਸੀਂ ਸੰਗਰੂਰ ਦੀ ਮੋਹਿਤ ਡੈਰੀ ਆ ਜਿਹੜੀ ਡਿਪਟੀ ਕਮਿਸ਼ਨਰ ਦਫ਼ਤਰ ਦੇ ਨਜ਼ਦੀਕ ਆ ਉੱਥੇ ਪਹੁੰਚਿਆ। ਪਹਿਲਾਂ ਤੁਹਾਨੂੰ ਤਸਵੀਰਾਂ ਦਿਖਾ ਦਈਏ ਕਿ ਜਿਹੜੇ ਡੈਰੀ ਮਾਲਕ ਨੇ ਇਹ ਉਹ ਡੈਰੀ ਆ ਜਿੱਥੋਂ ਤੁਹਾਨੂੰ ਦੁੱਧ, ਦਹੀਂ, ਪਨੀਰ ਹਰ ਇੱਕ ਚੀਜ਼ ਮਿਲ ਜਾਂਦੀ ਆ। ਤਾਂ ਤੁਸੀਂ ਜਦੋਂ ਦੁਕਾਨ 'ਤੇ ਲੈਣ ਜਾਂਦੇ ਹੋ ਤਾਂ ਤੁਹਾਡੇ ਸਾਹਮਣੇ ਜਿਹੜੀ ਹੈਗੀ ਆ ਇਸ ਤਰੀਕੇ ਨਾਲ ਪੈਕਿੰਗ ਕਰੀ ਹੁੰਦੀ ਆ, ਉੱਪਰ ਲੱਸੀ ਦੇ ਜਿਹੜੇ ਪੈਕਟ ਨੇ, ਦਹੀਂ ਦੇ ਪੈਕਟ ਨੇ, ਪਨੀਰ ਨੇ। ਤਾਂ ਤੁਸੀਂ ਜਦੋਂ ਦੁਕਾਨ ਤੋਂ ਲੈਂਦੇ ਹੋ ਤਾਂ ਉਹ ਤੁਹਾਡਾ ਸਹੀ ਦੁੱਧ ਹੈਗਾ, ਸਹੀ ਪਨੀਰ ਹੈਗਾ ਜਾਂ ਉਹਦੇ ਵਿੱਚ ਕੋਈ ਗੜਬੜ ਆ, ਇਹ ਇੱਕ ਵੱਡਾ ਜਾਂਚ ਦਾ ਵਿਸ਼ਾ। ਕਿਉਂਕਿ ਅਗਰ ਅਸੀਂ  100 ਜਾਂ 200 ਰੁਪਏ ਦਾ ਦੁੱਧ ਲੈਂਦੇ ਹਾਂ ਤਾਂ ਹਰ ਵਾਰ ਅਸੀਂ ਲੈਬ ਦੇ ਵਿੱਚ ਜਾ ਕੇ ਟੈਸਟ ਨਹੀਂ ਕਰਾ ਸਕਦੇ। ਅਸੀਂ ਸਹੀ ਦੁੱਧ ਲੈ ਰਹੇ ਹਾਂ, ਸਹੀ ਪਨੀਰ ਲੈ ਰਹੇ ਹਾਂ ਜਾਂ ਉਹਦੇ ਵਿੱਚ ਕਿਸੇ ਕਿਸਮ ਦਾ ਕੋਈ ਕੈਮੀਕਲ ਜਾਂ ਕੋਈ ਗੜਬੜ ਆ। ਜਾਣਕਾਰੀ ਦੇ ਲਈ ਸਾਡੇ ਨਾਲ ਕੁਮਾਰ ਸਾਹਿਬ ਮੌਜੂਦ ਨੇ। ਸਰ ਤੁਹਾਡੀ ਦੁਕਾਨ ਆ ਜੀ, ਕੀ ਦੁਕਾਨ ਦਾ ਨਾਮ ਆ? ਉਹੀ ਡੈਰੀ ਜੀ, ਰਜਿੰਦਰ ਕੁਮਾਰ ਜੀ। ਰਜਿੰਦਰ ਜੀ, ਕਾਫੀ ਜ਼ਿਆਦਾ ਸੈਂਪਲਿੰਗ 'ਚ ਗੜਬੜ ਆਈ ਆ, ਕਹਿੰਦੇ ਪੰਜਾਬ ਦੇ ਵਿੱਚ ਕਈ ਜਗ੍ਹਾਵਾਂ ਦੇ ਉੱਪਰ ਸੈਂਪਲ ਲਏ ਗਏ ਸੀ, ਦੁੱਧ ਦੇ ਵਿੱਚ ਸੈਂਪਲਾਂ 'ਚ ਗੜਬੜ ਆਈ ਆ, ਪਨੀਰ 'ਚ ਗੜਬੜ ਆਈ ਆ, ਦਹੀਂ 'ਚ ਗੜਬੜ ਆਈ ਆ। ਤੁਸੀਂ ਕਿੰਨੇ ਸਮੇਂ ਤੋਂ ਕੰਮ ਕਰ ਰਹੇ ਹੋ, ਕਿਸ ਤਰੀਕੇ ਦਾ ਜਿਹੜਾ ਮਾਲ ਆ ਇਹ ਲੋਕਾਂ ਨੂੰ ਵੇਚਿਆ ਜਾ ਰਿਹਾ? ਮੈਂ ਲਗਭਗ 38 ਸਾਲ ਤੋਂ ਕੰਮ ਕਰ ਰਿਹਾ ਜੀ, ਅਤੇ ਇੱਥੇ ਮੈਂ 2008 ਤੋਂ ਕੰਮ ਕਰ ਰਿਹਾ ਇਸ ਡੈਰੀ 'ਤੇ। ਅਤੇ ਬਾਕੀ ਹੋਰ ਬਾਰੇ ਸੁਣਨ ਮੈਨੂੰ ਵੀ ਅਖਬਾਰਾਂ 'ਚ ਜਾਂ ਮਿਲਦਾ, ਅਤੇ ਕੋਈ ਸਾਡੀ ਡੈਰੀ 'ਤੇ ਇਹੋ ਜਿਹੀ ਕੋਈ ਨੌਬਤ ਨਹੀਂ ਕਦੇ ਆਈ। ਅਸੀਂ ਬਕਾਇਦਾ ਸਾਰੀ ਚੀਜ਼ ਟੈਸਟ ਕਰਕੇ ਪੂਰੀ ਸ਼ੁੱਧਤਾ ਨਾਲ, ਅਤੇ ਤੁਹਾਡੇ ਸਾਹਮਣੇ ਗਾਹਕ ਵੀ ਖੜ੍ਹੇ ਨੇ ਅਤੇ ਹੋਰ ਵੀ ਹੈ ਇਹ ਲੈ ਕੇ ਜਾਂਦੇ, ਇਹਨਾਂ ਤੋਂ ਪੁੱਛ ਸਕਦੇ ਹੋ ਕਿ ਸਾਡੀ ਕੀ ਹੈ। ਅਸੀਂ ਹਰ ਇੱਕ ਚੀਜ਼ ਨਾਪ ਤੋਲ ਕੇ ਸ਼ੁੱਧ ਆਪਦੀ ਟੈਸਟਿੰਗ ਕਰਕੇ ਫਿਰ ਹੀ ਗਾਹਕਾਂ ਨੂੰ ਸਪਲਾਈ ਕਰਦੇ ਹਾਂ। ਕੁਮਾਰ ਸਾਹਿਬ ਨਾਲੇ ਗੱਲਾਂ ਕਰਦੇ ਹਾਂ, ਜਾਣਕਾਰੀ ਦਿੰਦੇ, ਨਾਲੇ ਮਾੜੀ ਜਾਣਕਾਰੀ ਦਿਓ। ਤੁਹਾਡੇ ਕੋਲ ਜਦੋਂ ਦੁੱਧ ਆਉਂਦਾ ਤਾਂ ਤੁਸੀਂ ਪਹਿਲਾਂ ਕਿਵੇਂ ਚੈੱਕ ਕਰਦੇ ਹੋ, ਤੁਹਾਡੇ ਕੋਲ ਦੁੱਧ ਕਿੱਥੋਂ ਆਉਂਦਾ, ਤੁਸੀਂ ਮਾਲ ਸਪਲਾਈ? ਕੋਲੋਂ ਦੁੱਧ ਦੁੱਧ ਹੀ ਲੈ ਕੇ ਆਉਂਦੇ ਨੇ ਪਿੰਡਾਂ 'ਚੋਂ, ਕੋਈ 10 ਕਿਲੋ, ਕੋਈ 20-50 ਕਿਲੋ, ਕੋਈ 100 ਕਿਲੋ, ਉਹਦਾ ਅਸੀਂ ਸੈਂਪਲ ਕੱਢ ਕੇ। ਤਾਂ ਦੁੱਧੀ ਨੇ ਗੜਬੜ ਨਹੀਂ ਕਰੀ ਹੋਈ, ਇਹਦਾ ਤੁਹਾਨੂੰ ਕਿਵੇਂ ਪਤਾ ਲੱਗਦਾ? ਪਹਿਲਾਂ ਤਾਂ ਇੱਥੋਂ ਸੈਂਪਲਿੰਗ ਕਰਦੇ ਹੋ ਤੁਸੀਂ?
ਅਸੀਂ ਇੱਥੋਂ ਸੈਂਪਲਿੰਗ ਕਰਦੇ ਹਾਂ ਫੈਟ ਦੀ ਟੈਸਟਿੰਗ ਦੀ। ਜੇ ਸਾਨੂੰ ਲੱਗਦਾ ਹੈ ਕਿ ਉਹ ਸਾਡਾ ਤਜਰਬਾ ਹੈਗਾ 38 ਸਾਲ ਦਾ ਤਾਂ ਸਾਨੂੰ ਪੀ ਕੇ ਪਤਾ ਲੱਗ ਜਾਂਦਾ ਵੀ ਇਹ ਦੁੱਧ 'ਚ ਗੜਬੜ ਹੈਗੀ ਹੈ, ਤਾਂ ਅਸੀਂ ਉਹਦਾ ਸੈਂਪਲ ਲੈਬ ਟੈਸਟਿੰਗ ਲਈ ਭੇਜ ਦਿੰਦੇ ਹਾਂ। ਜੇ ਸਾਨੂੰ ਗੜਬੜ ਹੁੰਦੀ ਹੈ ਤਾਂ ਅਸੀਂ ਮਹਿਕਮੇ ਨੂੰ ਵੀ ਕਹਿ ਕੇ ਉਹਦਾ ਸੈਂਪਲ ਭਰਵਾ ਦਿੰਦੇ ਹਾਂ। ਤਾਂ ਲੋਕਾਂ ਨੂੰ ਜ਼ਰੂਰ ਇੱਕ ਸੁਨੇਹਾ ਦਿਓ, ਕਿਉਂਕਿ ਆਪਾਂ ਚਾਹੁੰਦੇ ਹਾਂ ਕਿ ਜਿਹੜੇ ਲੋਕ ਦੁੱਧ ਲੈ ਰਹੇ ਨੇ, ਦਹੀਂ ਲੈ ਰਹੇ ਨੇ, ਤਾਂ ਉਹਦੀ ਕਿਵੇਂ ਚੈਕਿੰਗ ਕਰਨ, ਉਹਨਾਂ ਨੂੰ ਕਿਵੇਂ ਪਤਾ ਲੱਗੇ ਵੀ ਜਿਹੜਾ ਦੁੱਧ ਹੈਗਾ ਇਹਦੀ ਪਹਿਚਾਣ ਕੀ ਆ, ਇਹਦੇ 'ਚ ਕੋਈ ਮਿਲਾਵਟ ਜਾਂ ਕੋਈ ਕੈਮੀਕਲ ਨਹੀਂ, ਇਹ ਅਸਲੀ ਜਾਂ ਸ਼ੁੱਧ ਦੁੱਧ ਹੈਗਾ, ਕਿਵੇਂ ਪਹਿਚਾਣ ਹੁੰਦੀ ਹੈ? ਆਪਣਾ ਜੇ ਕਹਿੰਦੇ ਨੇ ਵੀ ਯੂਰੀਆ ਦਾ ਪਤਾ ਕਰਨਾ ਤਾਂ ਯੂਰੀਆ ਉਹਨੂੰ ਦੁੱਧ ਨੂੰ ਉਬਾਲੋ, ਦੁੱਧ ਉਬਾਲ ਕੇ ਥੋੜ੍ਹਾ ਜਿਹਾ ਮੂੰਹ 'ਤੇ ਰੱਖ ਕੇ ਦੇਖੋ, ਉਹ ਮੂੰਹ 'ਤੇ ਰੱਖਿਆ ਵੀ ਜਿਹਦਾ ਕੜੱਤਣ ਹੈ ਉਹ 'ਚ ਤਾਂ ਉਹ ਯੂਰੀਆ ਅਤੇ ਉਹਦੀ ਸਮੈਲ ਵੀ ਆਊਗੀ, ਬਕਾਇਦਾ ਉਹਦਾ ਸਮੈਲ ਦਾ ਫਰਕ ਪਊਗਾ ਵੀ ਹਾਂ ਯੂਰੀਆ ਬਿਲਕੁਲ ਆਊਗੀ ਜੀ, ਯੂਰੀਆ ਦੀ ਸਮੈਲ ਮਾਰੂਗੀ ਅਤੇ ਆਪਣਾ ਬਾਕੀ ਸਰਫ ਸੁਰਫ ਦਾ ਦੁੱਧ ਉਹਦਾ ਵੈਸੇ ਹੀ ਝੱਗ ਜੀ ਬਣ ਜੂਗੀ ਅਤੇ ਕੜਾ ਉਹ ਵੀ ਕੜੱਤਣ ਦੇ ਆਊਗਾ ਦੁੱਧ। ਤਾਂ ਕਈ ਵਾਰ ਅਸੀਂ ਸੋਸ਼ਲ ਮੀਡੀਆ 'ਤੇ ਤਸਵੀਰਾਂ ਦੇਖਦੇ ਹਾਂ ਵੀ ਦੁੱਧ ਨੂੰ ਉਬਾਲ ਲਿਆ ਜਾਲੇ ਜੇ ਬਣ ਗਏ, ਉਹ ਉਹੀ ਸਾਰੀ ਪਹਿਚਾਣ ਹੁੰਦੀ ਹੈ? ਮੈਂ ਉਹੀ ਪਹਿਚਾਣ ਹੈ ਵੈਸੇ ਤਾਂ ਦੇਖੋ ਜੀ, ਜਿਵੇਂ ਅੱਜ ਕੱਲ੍ਹ ਸਾਉਣ ਦਾ ਮੌਸਮ ਹੈ, ਨਵੀਆਂ ਮੱਝਾਂ ਸੂੰਦੀਆਂ ਨੇ, ਉਹ ਬੌਲੀ ਵੀ ਬਣ ਜਾਂਦੀ ਹੈ ਕਈ ਵਾਰੀ, ਠੀਕ ਨਹੀਂ, ਉਹਦਾ ਫਿਰ ਆਪਾਂ ਕਹਿ ਨਹੀਂ ਸਕਦੇ ਵੀ ਇਹ। ਤੁਸੀਂ ਜਿਵੇਂ ਦੱਸਿਆ ਵੀ ਇੱਕ ਤਾਂ ਸਵਾਦ ਦਾ ਫਰਕ ਪੈਂਦਾ, ਕੜੱਤਣ ਪੈਦਾ ਹੁੰਦੀ ਆ, ਦੂਜਾ ਸਮੈਲ ਦਾ ਫਰਕ ਪੈਂਦਾ, ਕੋਈ ਹੋਰ ਵੀ ਪਹਿਚਾਣ ਹੈਗੀ ਆ? ਕਿਉਂਕਿ ਕਿਸ ਤਰੀਕੇ ਨਾਲ ਆਪਾਂ ਜਦੋਂ 100 ਰੁਪਏ ਦਾ ਦੁੱਧ ਲਏ ਆਪਾਂ ਲੈਬ 'ਚ ਤਾਂ ਚੈੱਕ ਕਰਾ ਨਹੀਂ ਸਕਦੇ, ਰੋਜ਼ ਰੋਜ਼ ਕਿਹੜਾ ਚੈੱਕ ਕਰਾਊਗਾ? ਆਮ ਲੋਕ ਕਿਸ ਤਰੀਕੇ ਨਾਲ ਜੀ ਉਹਦੀ ਜਿਹੜੀ ਪਾਣੀ ਦੀ ਮਾਤਰਾ ਹੈ ਉਹ 'ਚ ਚੈੱਕ ਹੋ ਸਕਦੀ ਹੈ, ਵੀ ਉਹਦੇ ਘਰ ਰੱਖੋ ਕੋਈ 50 ਰੁਪਏ ਦਾ ਸਾਰਾ ਉਹ ਆ ਜਾਂਦਾ, ਉਹ 'ਚ ਪਾਣੀ ਦਾ ਪਤਾ ਲੱਗ ਜਾਂਦਾ ਵੀ ਜਿੰਨੀ ਮਾਤਰਾ ਪਾਣੀ ਦੀ ਹੈ। ਪਨੀਰ ਲੈਂਦੇ ਆਪਾਂ ਤਾਂ ਪਨੀਰ 'ਚ ਵੀ ਵੱਡੇ ਪੱਧਰ 'ਤੇ ਗੜਬੜ ਹੁੰਦੀ ਹੈ, ਪਨੀਰ ਦਾ ਕਿਵੇਂ ਪਹਿਚਾਣ ਕਰੀਏ ਵੀ ਹਾਂ ਤੁਹਾਡੇ ਦਾ ਐਕਸਪੀਰੀਅੰਸ? ਦੇਖੋ ਜੀ, ਆਪਣਾ ਜਿਹੜਾ ਸਪਰੇਟੇ ਦਾ ਪਨੀਰ ਹੁੰਦਾ ਹੈ ਉਹ ਜ਼ਰੂਰ ਚੀੜਾ ਹੋਊਗਾ, ਜਿਹੜਾ ਫੈਟ ਫੁੱਲ ਫੈਟ ਦਾ ਹੋਊਗਾ ਉਹ ਤੁਹਾਨੂੰ ਖਾਣ 'ਚ ਪਤਾ ਲੱਗ ਜਾਂਦਾ, ਵੈਸੇ ਲੋਕਾਂ ਦੇ ਮੂੰਹ ਦੇ ਟੇਸਟ ਦੀ ਮੇਨ ਇਹਦਾ ਉਹ ਹੈ ਜੀ। ਸਭ ਤੋਂ ਵੱਡਾ ਤਾਂ ਆਪਾਂ ਨੂੰ ਟੇਸਟ ਤੋਂ ਪਤਾ ਲੱਗੂਗਾ ਵੀ ਕੋਈ ਗੜਬੜ ਹੈ ਜਾਂ ਨਹੀਂ ਹੈ, ਮੂੰਹ ਦੇ ਟੇਸਟ ਦੀ ਤੁਹਾਨੂੰ ਪਤਾ ਲੱਗੂਗਾ ਜੀ। ਹੁਣ ਘਿਓ ਦਾ ਇੱਕ ਵੱਡਾ ਫਰਕ ਨਿਕਲ ਕੇ ਸਾਹਮਣੇ ਆ ਰਿਹਾ, ਆਪਾਂ ਦੇਖਦੇ ਹਾਂ ਕਈ ਵਾਰ ਤਾਂ 200-200 ਰੁਪਏ ਕਿਲੋ ਵੀ ਜਿਹੜੇ ਮੱਥਾ ਟੇਕਣ ਵਾਲੇ ਪੂਜ ਵਾਲੇ ਘਿਓ ਨੇ ਉਹ ਬਾਜ਼ਾਰ 'ਚ ਵੇਚਦੇ ਨੇ, ਤਾਂ ਉਹ ਨਕਲੀ ਕਿਸ ਤਰੀਕੇ ਨਾਲ ਫਿਰ ਇਹਨਾਂ ਸਸਤਾ ਕਰ ਰਹੇ ਨੇ ਜੀ? ਉਹਨਾਂ ਦੇ ਮੈਂ ਕਹਿੰਦਾ ਨੱਥ ਪਾਉਣੀ ਚਾਹੀਦੀ ਹੈ ਜੀ, ਉਹ ਸਾਡੀ ਵੀ ਮਾਰਕੀਟ ਖਰਾਬ ਕਰਦੇ ਨੇ ਜੀ, ਉਹਨਾਂ ਦੇ ਜ਼ਰੂਰ ਨੱਥ ਪਾਉਣੀ ਚਾਹੀਦੀ ਹੈ, 150 ਰੁਪਏ 200 ਰੁਪਏ ਕਿਲੋ ਘਿਓ ਉਹਦੇ ਬਕਾਇਦਾ, ਵੈਸੇ ਉਹ ਕਹਿੰਦੇ ਨੇ ਜਿਵੇਂ ਵੀ ਉਹਦੇ ਜੀ ਵੈਜੀਟੇਬਲ ਆਇਲ ਲਿਖਿਆ ਹੁੰਦਾ ਵੀ ਦੇਸੀ ਘਿਓ ਨਹੀਂ ਉਹ ਲਿਖਦੇ, ਉਹ ਪੂਜਾ ਵਾਸਤੇ ਜੋਤਾਂ ਵਾਸਤੇ ਵੇਚੀ ਜਾਂਦੇ ਨੇ 150-200 ਰੁਪਏ ਕਿਲੋ ਦੁਕਾਨਦਾਰ। ਠੀਕ ਹੈ, ਇਹ ਪਹਿਚਾਣ ਆ ਗਾਹਕ ਸਾਹਿਬ। ਕੀ ਨਾਮ ਆ ਤੁਹਾਡਾ ਜੀ? ਦੁੱਧ ਲੈਣਾ ਹੈ ਉੱਥੇ? ਮੇਰਾ ਨਾਮ ਬਲਜਿੰਦਰ ਸਿੰਘ ਹੈ ਜੀ। ਬਲਜਿੰਦਰ ਜੀ, ਤੁਸੀਂ ਦੁੱਧ ਲੈ ਕੇ ਜਾਂਦੇ ਹੋ ਲਗਾਤਾਰ ਇੱਥੋਂ? ਹਾਂ, ਇੱਥੋਂ ਲੈ ਕੇ ਜਾਂਦੇ ਹਾਂ ਜੀ। ਤਾਂ ਪਹਿਚਾਣ ਕਿਵੇਂ ਕਰਦੇ ਹੋ, ਵਿਸ਼ਵਾਸ ਆ ਜਾਂ ਤੁਹਾਨੂੰ ਪਹਿਚਾਣ ਕਰਨੀ ਪੈਂਦੀ ਹੈ ਹਰ ਵਾਰ? ਜਾਣ ਕੀ ਵਧੀਆ ਦੁੱਧ ਹੈ ਜੀ, ਉਹਦੇ ਮਲਾਈ ਵੀ ਵਧੀਆ ਆਉਂਦੀ ਹੈ, ਦੁੱਧ ਵੀ ਵਧੀਆ ਹੈ, 2-3 ਦਿਨ ਨੱਸਦੇ ਹਾਂ ਦੁੱਧ। ਵੱਡਾ ਫਰਕ ਤਾਂ ਇੱਕ ਇਹ ਵੀ ਹੁੰਦਾ ਵੀ ਅਗਰ ਦੁੱਧ ਦੇ ਉੱਪਰ ਮਲਾਈ ਆ ਗਈ ਤਾਂ ਤੁਹਾਨੂੰ ਉੱਥੋਂ ਪਤਾ ਲੱਗ ਜਾਂਦਾ ਵੀ ਉਹ ਅਸਲੀ ਹੈ। ਹਾਂਜੀ ਹਾਂਜੀ ਹਾਂ, ਦੁੱਧ ਪੀਣ ਦੇ ਪਤਾ ਲੱਗ ਜਾਂਦਾ ਜੀ ਦੁੱਧ ਕਿਵੇਂ ਕਿ ਨਹੀਂ। ਹੋਰ ਕਿਸ ਤਰੀਕੇ ਨਾਲ ਪਹਿਚਾਣ ਕਰਦੇ ਹੋ, ਕਿਉਂਕਿ ਅੱਜ ਕੱਲ੍ਹ ਤਾਂ ਜੇ ਕਿਤੋਂ ਬਾਹਰੋਂ ਦੁੱਧ ਲੈ ਲਓ ਸ਼ਾਇਦ ਗੜਬੜ ਹੋ ਸਕਦੀ ਹੁੰਦੀ ਹੈ? ਕਈ ਵਾਰੀ ਇਹੋ ਜਿਹਾ ਦੁੱਧ ਹੁੰਦਾ ਜੀ ਜਿਹ 'ਚ ਪਾਇਆ ਹੁੰਦਾ ਫਟ ਜਾਂਦਾ, ਦੁੱਧ ਫਟ ਜਾਂਦਾ ਜੀ, ਅਸੀਂ 2-3 ਦਿਨ ਵਰਤਦੇ ਹਾਂ ਦੁੱਧ, ਕੋਈ ਇਹੋ ਜਿਹੀ ਕੰਪਲੇਂਟ ਤਾਂ ਆਈ ਨਹੀਂ ਅਜੇ ਤੱਕ ਕਦੇ ਵੀ। ਇੱਥੇ ਤਾਂ ਪਿਆ 2-3 ਦਿਨ ਵੀ ਪਿਆ ਰਹਿੰਦਾ? ਹਾਂਜੀ, ਆ ਪਿਆ ਰਹਿੰਦਾ ਜੀ, ਕਦੇ ਜਦੋਂ ਮਰਜ਼ੀ ਹੁਣ ਫਿਰ ਜੇ ਤੂੰ ਚੈੱਕ ਕਰ ਲਓ, ਜਾ ਕੇ ਅੱਜ ਲੈ ਕੇ ਜਾਵਾਂਗੇ, 3-4 ਦਿਨਾਂ ਬਾਅਦ 2 ਦਿਨਾਂ ਬਾਅਦ ਫਿਰ ਲੈ ਕੇ ਜਾਵਾਂਗੇ ਦੁੱਧ ਅਸੀਂ। ਹਾਂਜੀ ਬਾਊ ਜੀ, ਤੁਹਾਡਾ ਕੀ ਨਾਮ ਆ ਜੀ? ਮੇਰਾ ਨਾਮ ਵਿਜੇ ਕੁਮਾਰ ਸਿੰਘਲਾ ਜੀ। ਵਿਜੇ ਜੀ, ਕਿਵੇਂ ਦੇਖਦੇ ਹੋ ਦੁੱਧ ਦਹੀਂ ਦੇ ਵਿੱਚ ਵੱਡੇ ਪੱਧਰ ਦੇ ਉੱਪਰ ਗੜਬੜਾਂ ਹੋ ਰਹੀਆਂ ਨੇ, ਦੇਸੀ ਘਿਓ ਵੀ ਦੂਜਾ ਘਿਓ ਵੀ ਨਕਲੀ ਆ ਰਿਹਾ ਬਾਜ਼ਾਰਾਂ ਦੇ ਵਿੱਚ, ਤਾਂ ਕਿਸ ਤਰੀਕੇ ਨਾਲ ਇਹ ਚੀਜ਼ ਨੂੰ ਕਿਵੇਂ ਦੇਖਦੇ ਹੋ, ਕਿਉਂਕਿ ਲੋਕਾਂ ਦੀ ਸਿਹਤ ਨਾਲ ਵੱਡਾ ਖਿਲਵਾੜ ਹੋ ਰਿਹਾ? ਗੱਲ ਮੈਂ ਕਹਿਣਾ ਚਾਹੁੰਦਾ ਸੀ ਵੀ ਇਹ ਜੇ ਕੋਈ ਮਿਲਾਵਟ ਕਰਦੇ ਨੇ ਕਿਸੇ ਤਰ੍ਹਾਂ ਦੀ ਦੁੱਧ ਦੇ ਵਿੱਚ, ਪਨੀਰ ਦੇ ਵਿੱਚ, ਦਹੀਂ ਵਿੱਚ, ਇਹ ਲੋਕਾਂ ਦੀ ਸਿਹਤ ਨਾਲ ਖਿਲਵਾੜ ਹੈ, ਅਤੇ ਇਹਦੇ ਬਾਰੇ ਸਖਤ ਤੋਂ ਸਖਤ ਕਾਰਵਾਈ, ਜਿਹੜਾ ਵੀ ਬੰਦਾ ਮਿਲਾਵਟ ਕਰਦਾ ਜੋ ਦੋਸ਼ੀ ਹੈ ਉਹਦੇ ਖਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ।
ਤਾਂ ਕਿ ਲੋਕਾਂ ਦੀ ਸਿਹਤ ਦਾ ਖਿਆਲ ਰੱਖਿਆ ਜਾ ਸਕੇ। ਇਹ ਹੈਲਥ ਡਿਪਾਰਟਮੈਂਟ ਦੀ ਜ਼ਿੰਮੇਵਾਰੀ ਬਣਦੀ ਹੈ, ਟਾਈਮ ਟੂ ਟਾਈਮ ਉਹ ਚੈੱਕ ਕਰਨ, ਇਹਨਾਂ ਨੂੰ ਤਾਂ ਪਤਾ ਹੁੰਦਾ ਵੀ ਕਿਹੜੇ ਕਿਹੜੇ ਲੋਕ ਇਸ ਤਰ੍ਹਾਂ ਦੇ ਕੰਮ ਕਰਦੇ ਨੇ, ਇਹਨਾਂ ਦੀ ਫਿਰ ਵੀ ਇਹਨਾਂ ਦਾ ਡਿਊਟੀ ਹੈ, ਇਹਨਾਂ ਦੀ ਨਿਗਾਹ 'ਚ ਹੁੰਦਾ, ਤਾਂ ਲੋਕਾਂ ਦੀ ਸਿਹਤ ਨੂੰ ਮੁੱਖ ਰੱਖਦੇ ਹੋਏ ਇਹਨਾਂ ਨੂੰ ਟਾਈਮ ਟੂ ਟਾਈਮ ਆਪਦੀਆਂ ਟੀਮਾਂ ਭੇਜ ਕੇ ਇਹ ਚੈੱਕ ਕਰਾਉਣੇ ਚਾਹੀਦੇ ਨੇ। ਮੱਕੇ ਜਿੱਥੇ ਵੀ ਇਹ ਗੜਬੜ ਦਾ ਇਹਨੂੰ ਸ਼ੱਕਾ ਹੋਵੇ ਜਿਹੜੇ ਵੀ ਏਰੀਏ ਦੇ ਵਿੱਚ, ਤਾਂ ਉੱਥੇ ਜਾ ਕੇ ਇਹਨਾਂ ਨੂੰ ਸੈਂਪਲ ਸੁੰਪਲ ਲੈਣੇ ਚਾਹੀਦੇ ਨੇ। ਬਿਲਕੁਲ, ਇੱਕ ਜਿਹੜੇ ਖੁਲਾਸੇ ਹੋਏ ਨੇ ਕਿਤੇ ਨਾ ਕਿਤੇ ਅਸੀਂ ਇੱਕ ਵੱਡੀ ਜਾਣਕਾਰੀ ਤੁਹਾਨੂੰ ਇਹ ਦੇ ਰਹੇ ਹਾਂ, ਕਿਉਂਕਿ ਜਦੋਂ ਵੀ ਤੁਸੀਂ ਦੁੱਧ ਲੈਂਦੇ ਹੋ, ਪਨੀਰ ਲੈਂਦੇ ਹੋ ਬਾਜ਼ਾਰ ਦੇ ਵਿੱਚ ਕਿਸੇ ਨਵੀਂ ਜਗ੍ਹਾ ਤੋਂ ਲੈਂਦੇ ਹੋ, ਤਾਂ ਤੁਹਾਨੂੰ ਨਹੀਂ ਪਤਾ ਵੀ ਜਿਹੜਾ ਤੁਹਾਡਾ ਦੁੱਧ ਖਰੀਦਿਆ ਜਾ ਰਿਹਾ ਤੁਹਾਡੇ ਵੱਲੋਂ ਇਹ ਅਸਲੀ ਹੈ ਜਾਂ ਨਕਲੀ, ਤਾਂ ਉਹਦੇ ਕਈ ਨੋਰਮਲ ਟੈਸਟ ਕਰਨ ਦੇ ਜਿਹੜੇ ਤਰੀਕੇ ਨੇ ਤੁਸੀਂ ਆਪਣੇ ਜੀਵ ਦੇ ਸਵਾਦ ਦੇ ਨਾਲ ਹੀ ਦੇਖ ਸਕਦੇ ਹੋ। ਜਿਵੇਂ ਕਿ ਕੁਮਾਰ ਸਾਹਿਬ ਨੇ ਦੱਸਿਆ, ਉਹਨਾਂ ਦਾ ਐਕਸਪੀਰੀਅੰਸ ਆ ਕਿ ਇੱਕ ਟੇਸਟ ਜੋ ਤੁਹਾਡੀ ਜੀਵ ਦਾ ਹੈਗਾ ਉਹ ਹੀ ਤੁਹਾਨੂੰ ਦੱਸ ਸਕਦਾ ਕਿ ਤੁਹਾਡੇ ਦੁੱਧ ਦੇ ਵਿੱਚ ਕੋਈ ਵੱਡੇ ਪੱਧਰ ਦੀ ਮਿਲਾਵਟ ਨਹੀਂ ਹੈਗੀ, ਕਿਉਂਕਿ ਜਦੋਂ ਯੂਰੀਆ ਜਾਂ ਕੋਈ ਰਿਫਾਈਂਡ ਆਇਲ ਜਾਂ ਕੋਈ ਹੋਰ ਕੈਮੀਕਲ ਦੁੱਧ ਵਿੱਚ ਪਾਇਆ ਜਾਂਦਾ ਤਾਂ ਕਿਤੇ ਨਾ ਕਿਤੇ ਉਹਦਾ ਸਵਾਦ ਤਾਂ ਜ਼ਰੂਰ ਬਦਲਦਾ ਹੈਗਾ। ਕੈਮਰਾ ਪਰਸਨ ਹਰਪਾਲ ਸਿੰਘ ਕਾਬਦਾਂ ਦੇ ਨਾਲ ਸੰਗਰੂਰ ਤੋਂ ਚਰਨਜੀਤ ਕੌਸ਼ਲ, ਨਿਊਜ਼ 18 ਪੰਜਾਬ।